ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ ਅੰਦਰ ਮੈਂ ਤੁਹਾਨੂੰ ਇਹ ਸਿਖਾਊਂਗਾ ਕਿ ਵੱਟਾਂ ਵਾਲੀ ਪੱਗ ਕਿਵੇਂ ਬੰਨੀਏ, ਅਤੇ ਬਹੁਤ ਸੌਖੇ ਢੰਗ ਨਾਲ ਸਿਖਾਊਂਗਾ, ਠੀਕ ਆ। ਅਤੇ ਜੇ ਤੁਹਾਨੂੰ ਇਸਦੀ ਬੇਸ ਦੀ ਅਤੇ ਇਸਦੀ ਪੂਣੀ ਦੀ ਵੀਡੀਓ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਮੈਂ ਜਲਦੀ ਤੋਂ ਜਲਦੀ ਅਪਲੋਡ ਕਰੂੰਗਾ। ਸਭ ਤੋਂ ਪਹਿਲਾਂ ਅਸੀਂ ਬੰਨਾਂਗੇ ਜੀ ਬੇਸ, ਅਤੇ ਆਪਾਂ ਜਿਹੜੀ 50 ਆ ਉਹ 2 ਇੰਚ ਉੱਚੀ ਰੱਖਾਂਗੇ, ਜਿਹਦੇ ਨਾਲ ਨਾ ਹੀ ਸਾਡੀ ਪੱਗ ਜ਼ਿਆਦਾ ਨੀਵੀਂ ਹੋਊਗੀ ਨਾ ਜ਼ਿਆਦਾ ਉੱਚੀ ਹੋਏਗੀ। ਹੁਣ ਅਸੀਂ ਕਰਨੀ ਆ ਜੀ ਪੱਗ ਦੀ ਪੂਣੀ, ਠੀਕ ਆ। ਜੋ ਖੁੱਲ੍ਹਾ ਪਾਸਾ ਉਹਨੂੰ ਆਪਾਂ ਥੱਲੇ ਰੱਖਾਂਗੇ ਅਤੇ ਬੰਦ ਪਾਸਾ ਅਸੀਂ ਉੱਪਰ ਰੱਖਾਂਗੇ, ਠੀਕ ਆ। ਅਤੇ ਪੱਗ ਦੀ ਲੈਂਥ ਆ ਜੀ 7 ਮੀਟਰ, ਅਤੇ ਕੱਪੜਾ ਫੁੱਲ ਵੈਲਦਾ। ਅਤੇ ਲਓ ਜੀ ਹੁਣ ਅਸੀਂ ਲਗਾਉਣ ਲੱਗੇ ਹਾਂ ਜੀ ਪੱਗ ਦਾ ਪਹਿਲਾ ਲੜ। ਅਤੇ ਪਹਿਲੇ ਲੜ ਅੰਦਰ ਤੁਸੀਂ ਕੋਸ਼ਿਸ਼ ਕਰਿਓ ਕਿ ਜ਼ਿਆਦਾ ਵੱਟ ਨਾ ਹੀ ਬਣਾਓ, ਕਿਉਂਕਿ ਜੇ ਜ਼ਿਆਦਾ ਵੱਟ ਬਣਾ ਲਏ ਤਾਂ ਕਾਫੀ ਪ੍ਰੋਬਲਮ ਹੋ ਸਕਦੀ ਹੈ, ਜਿਵੇਂ ਲੜ ਖਿਸਕ ਸਕਦਾ, ਠੀਕ ਆ। ਬਸ ਜਿੰਨੇ ਵੱਟ ਬਣਦੇ ਆ ਬਸ ਉਨੇ ਬਣਾਓ, ਠੀਕ ਆ। ਬਸ ਜਿਵੇਂ ਹੁਣ ਵੱਟ ਸੀ ਇਹਨੂੰ ਮੈਂ ਇਕੱਠੇ ਕਰ ਲਿਆ, ਅਤੇ ਹੁਣ ਬਸ ਆਪਾਂ ਇਹਨੂੰ ਇੱਕੋ ਥਾਂ 'ਤੇ ਫੜ ਕੇ ਨਾ ਇਕੱਠੇ ਕਰਕੇ ਇੱਕੋ ਥਾਂ 'ਤੇ ਰੱਖ ਦੇਣੇ ਆ, ਅਤੇ ਬਸ ਬਾਅਦ ਥੋੜ੍ਹੀ ਜਿਹੀ ਪੂਣੀ ਖੋਲ੍ਹ ਕੇ ਅਤੇ ਵੱਟ ਨੂੰ ਸੈੱਟ ਕਰ ਲਾਂਗੇ। ਅਤੇ ਵੱਟ ਨੂੰ ਆਪਾਂ ਬੜੀ ਆਰਾਮ ਨਾਲ ਸੈੱਟ ਕਰਾਂਗੇ, ਜ਼ਿਆਦਾ ਖਿੱਚਣਾ ਨਹੀਂ ਆ। ਅਤੇ ਬਸ ਇੱਦਾਂ ਹੀ ਕਰਦੇ ਅਸੀਂ ਆਪਣਾ ਪਹਿਲਾ ਲੜ ਲਗਾ ਲਾਂਗੇ। ਹਾਂਜੀ, ਅਤੇ ਹੁਣ ਅਸੀਂ ਲਗਾਵਾਂਗੇ ਜੀ ਦੂਜਾ ਲੜ, ਠੀਕ ਆ। ਅਤੇ ਆਪਾਂ ਸਭ ਤੋਂ ਪਹਿਲਾਂ ਨਾ ਪੂਣੀ ਨੂੰ ਥੋੜ੍ਹਾ ਜਿਹਾ ਖੋਲ੍ਹ ਲਾਂਗੇ ਅਤੇ ਪਿੱਛੋਂ ਪਿੰਚ ਕਰਨਾ, ਕਿਉਂਕਿ ਫਰੰਟ ਸ਼ੇਪ ਦੇ ਨਾਲ ਨਾਲ ਸਾਨੂੰ ਬੈਕ ਸ਼ੇਪ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਪਿੱਛੋਂ ਪਿੰਚ ਕਰ ਲੈਣਾ ਅਤੇ ਬੰਦ ਪਾਸਾ ਉੱਪਰ ਰੱਖਣਾ ਅਤੇ ਖੁੱਲ੍ਹਾ ਪਾਸਾ ਜਿਹੜਾ ਉਹ ਥੱਲੇ ਰੱਖਾਂਗੇ। ਅਤੇ ਬਸ ਉੱਪਰੋਂ ਆਪਾਂ ਸਫਾਈ ਕਰਨੀ ਆ, ਇੱਦਾਂ ਵਿਖਵਾ ਦੇਣਾ ਅਤੇ ਬਾਅਦ ਥੱਲੇ ਥੋੜ੍ਹਾ ਜਿਹਾ ਖਿੱਚਣਾ ਵਾ। ਅਤੇ ਹੁਣ ਅਸੀਂ ਦੇਖੋ ਜਿਵੇਂ ਹੁਣ ਪੱਗ ਦੇ 2 ਲੜ ਹੁੰਦੇ ਆ, ਹੈ ਨਾ। ਪਹਿਲਾਂ ਆਪਾਂ ਉੱਪਰਲੇ ਲੜ ਦੇ ਵਾਟੇ ਐਵੇਂ ਇਕੱਠੇ ਕਰਾਂਗੇ, ਇਕੱਠੇ ਕਰਕੇ ਫਿਰ ਜਿਹੜਾ ਥੱਲੇ ਵਾਲਾ ਲੜ ਆ ਉਹਨੂੰ ਵੀ ਇਕੱਠੇ ਕਰਾਂਗੇ। ਅਤੇ ਬਸ ਇੱਕੋ ਥਾਂ 'ਤੇ ਫੜ ਕੇ ਇੱਕੋ ਥਾਂ 'ਤੇ ਟਿਕਾ ਲਾਂਗੇ, ਅਤੇ ਬਾਅਦ ਉਹ ਆਪਾਂ ਆਪਣੀ ਪੂਣੀ ਥੋੜ੍ਹੀ ਜਿਹੀ ਖੋਲ੍ਹ ਲਾਂਗੇ ਅਤੇ ਵੱਟ ਨੂੰ ਸੈੱਟ ਕਰਾਂਗੇ। ਜਿਵੇਂ ਸੈੱਟ ਮੈਂ ਕਰ ਰਿਹਾ ਨਾ ਵੱਟ, ਐਵੇਂ ਤੁਸੀਂ ਕਰਿਓ ਜ਼ਰੂਰ, ਠੀਕ ਆ। ਅਤੇ ਇੱਦਾਂ ਆਪਾਂ ਨਾਲ ਨਾਲ ਫਿਰ ਆਪਣਾ ਦੂਜਾ ਲੜ ਲਗਾ ਲਵਾਂਗੇ। ਮੈਂ ਤੁਹਾਨੂੰ ਆਹ ਚੀਜ਼ ਕਹਿੰਦਾ, ਜੇ ਤੁਸੀਂ ਮੇਰੀ ਆਹ ਵਾਲੀ ਵੀਡੀਓ ਵੇਖ ਲਈ ਤਾਂ ਤੁਹਾਨੂੰ ਹੋਰ ਕੋਈ ਵੀ ਵੀਡੀਓ ਵੇਖਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਵੱਟਾਂ ਵਾਲੀ ਪੱਗ ਬੰਨ੍ਹਣੀ ਚਾਹੁੰਦੇ ਹੋ। ਹੁਣ ਅਸੀਂ ਤੁਹਾਨੂੰ ਸਿਖਾਉਂਦੇ ਹਾਂ ਜੀ ਕਿ ਪੱਗ ਦਾ ਤੀਜਾ ਲੜ ਕਿਵੇਂ ਲਗਾਈਏ। ਸੇਮ ਪਿਛਲੇ ਲੜ ਵਾਂਗੂ ਪਿੱਛੇ ਪਿੰਚ ਕਰਾਂਗੇ, ਬੰਦ ਪਾਸਾ ਉੱਪਰ ਅਤੇ ਖੁੱਲ੍ਹਾ ਪਾਸਾ ਥੱਲੇ ਰੱਖਾਂਗੇ। ਅਤੇ ਉੱਪਰੋਂ ਫਿਰ ਇੱਦਾਂ ਆਪਾਂ ਥੋੜ੍ਹੀ ਜਿਹੀ ਸਪੇਸ ਤੋਂ ਨਾ ਆਪਾਂ ਉੱਪਰੋਂ ਸਫਾਈ ਕਰਾਂਗੇ ਅਤੇ ਪੂਣੀ ਨੂੰ ਥੋੜ੍ਹੀ ਜਿਹੀ ਖੋਲ੍ਹ ਲਾਂਗੇ। ਅਤੇ ਕੋਸ਼ਿਸ਼ ਕਰੋ ਕਿ ਜਿਹੜੀ ਮਰਜ਼ੀ ਪੱਗ ਬੰਨੋ ਘੱਟ ਤੋਂ ਘੱਟ ਉਹਦੀ 1 ਗੇੜ ਚੌੜੀ ਪੂਣੀ ਜ਼ਰੂਰ ਕਰੋ, ਤਾਂ ਹੀ ਤੁਹਾਡੀ ਵਧੀਆ ਸ਼ੇਪ ਵੱਜੇਗੀ, ਠੀਕ ਆ। ਅਤੇ ਹੁਣ ਅਸੀਂ ਵੇਖੋ ਪੂਣੀ ਚੌੜੀ ਕੀਤੀ ਆ, ਅਤੇ ਹੁਣ ਆਪਾਂ ਜਿਵੇਂ ਪਹਿਲਾਂ ਦੋਵੇਂ ਲੜਨ ਦੇ ਇੱਕ ਇੱਕ ਕਰਕੇ ਵੱਟ ਬਣਾਏ ਸੀ, ਉਵੇਂ ਆਪਾਂ ਦੋਵੇਂ ਲੜਨ ਦੇ ਫਿਰ ਵੱਟ ਬਣਾਵਾਂਗੇ ਅਤੇ ਇੱਕੋ ਥਾਂ 'ਤੇ ਇਕੱਠੇ ਕਰੀ ਜਾਵਾਂਗੇ। ਇਕੱਠੇ ਕਰਕੇ ਜਿਵੇਂ ਆਪਾਂ ਜਿਹੜੇ ਥਾਂ 'ਤੇ ਪਹਿਲਾਂ ਟਿਕਾਏ ਸੀ ਨਾ ਉੱਥੇ ਦੁਬਾਰਾ ਟਿਕਾਵਾਂਗੇ, ਉੱਤੋਂ ਪਿੰਚ ਕਰਨਾ। ਉੱਪਰੋਂ ਪਿੰਚ ਕਰਨਾ ਬਹੁਤ ਜ਼ਰੂਰੀ ਹੈ, ਜੇ ਤੁਸੀਂ ਉੱਪਰੋਂ ਨਹੀਂ ਪਿੰਚ ਕਰੋਗੇ ਤਾਂ ਤੁਹਾਡੀ ਪੱਗ ਬਹੁਤ ਜ਼ਿਆਦਾ ਪਿੱਛੇ ਨੂੰ ਡਿੱਗ ਜਾਏਗੀ, ਠੀਕ ਆ। ਅਤੇ ਤੁਸੀਂ ਜੇ ਜ਼ਿਆਦਾ ਕਰੋਗੇ ਤਾਂ ਫਿਰ ਪੱਗ ਤੁਹਾਡੀ ਬਹੁਤ ਮੂਹਰੇ ਨੂੰ ਆਜੂਗੀ, ਹੈ ਨਾ, ਬਹੁਤ ਜ਼ਿਆਦਾ ਤਿੱਖੀ ਹੋ ਜੂਗੀ, ਉਹ ਵੀ ਜ਼ਿਆਦਾ ਵਧੀਆ ਨਹੀਂ ਲੱਗਦੀ। ਥੋੜ੍ਹਾ ਨੋਰਮਲ ਜਿਹਾ ਉੱਪਰ ਨੂੰ ਪਿੰਚ ਕਰਨਾ ਅਤੇ ਆਪਾਂ ਫਿਰ ਆਪਣਾ ਜਿਹੜੀ ਪੂਣੀ ਸਾਨੂੰ ਇੱਧਰੋਂ ਖੋਲ੍ਹ ਕੇ ਅਤੇ ਫਿਰ ਵੱਟ ਸੈੱਟ ਕਰ ਲੈਣੇ ਆ। ਆਹ ਜਿਹੜੀ ਵੱਟਾਂ ਵਾਲੀ ਪੱਗ ਆ ਸਪੈਸ਼ਲੀ ਸਕੂਲ ਦੇ ਮੁੰਡੇ ਲਈ ਬਹੁਤ ਵਧੀਆ, ਕਿਉਂਕਿ ਆਹ ਘੱਟੋ ਘੱਟ 10 ਮਿੰਟ ਦੇ ਵਿੱਚ ਬੱਝ ਜਾਂਦੀ ਹੈ ਅਤੇ ਬਹੁਤ ਟਾਈਮ ਸੇਵ ਹੁੰਦਾ। ਹਾਂਜੀ, ਅਤੇ ਹੁਣ ਅਸੀਂ ਲਗਾਉਣ ਲੱਗਿਆਂ ਜੀ ਚੌਥਾ ਲੜ, ਠੀਕ ਆ। ਜਿਹੜੀ ਇੱਥੋਂ ਆਹ ਵਾਲਾ ਲੜ ਹੈ ਨਾ, ਇੱਥੋਂ ਸਾਡੀ ਸ਼ੇਪ ਸ਼ੁਰੂ ਹੋ ਜਾਂਦੀ ਬੰਨੀ, ਠੀਕ ਆ। ਫਿਰ ਅਸੀਂ ਬੰਦ ਪਾਸਾ ਉੱਪਰ ਅਤੇ ਖੁੱਲ੍ਹਾ ਪਾਸਾ ਥੱਲੇ, ਅਤੇ ਫਿਰ ਥੋੜ੍ਹੀ ਜਿਹੀ ਸਪੇਸ ਤੋਂ ਆਪਾਂ ਉੱਪਰ ਲਗਾਵਾਂਗੇ, ਟਿਕਾਵਾਂਗੇ, ਅਤੇ ਪਿੱਛੇ ਪਿੰਚ ਜ਼ਰੂਰ ਕਰਿਓ, ਠੀਕ ਆ। ਉੱਪਰੋਂ ਵੀ ਆਪਾਂ ਨਾਲ ਨਾਲ ਸਫਾਈ ਕਰੀ ਜਾਣੀ, ਤੁਸੀਂ ਬਾਜ ਵੀ ਨਾਲ ਯੂਜ਼ ਕਰ ਸਕਦੇ ਹੋ। ਅਤੇ ਹੁਣ ਫਿਰ ਜਿਵੇਂ ਆਹ ਵੇਖੋ, ਆਹ ਉੱਪਰਲਾ ਲੜ ਅਤੇ ਇੱਕ ਥੱਲੇ ਵਾਲਾ ਲੜ, ਹੈ ਨਾ। ਜਿਵੇਂ ਹੁਣ ਉੱਪਰਲਾ ਲੜ ਆ ਉਹਨੂੰ ਆਪਾਂ ਪਹਿਲਾਂ ਉਹਦੇ ਪਤਲੇ ਪਤਲੇ ਵੱਟ ਬਣਾਵਾਂਗੇ, ਠੀਕ ਆ। ਹੁਣ ਆਹ ਵੇਖੋ ਜੇ ਅਸੀਂ ਬਣਾਉਣੇ ਥੋੜ੍ਹੇ ਜਿਹੇ, ਤਾਂ ਹੁਣ ਥੱਲੇ ਵਾਲੇ ਲੜ ਦੇ ਵੀ ਆਪਾਂ ਬਣਾ ਲੈਣੇ ਆ, ਅਤੇ ਇਕੱਠੇ ਕਰਕੇ ਫਿਰ ਜਿੱਥੇ ਆਪਾਂ ਪਹਿਲਾਂ ਟਿਕਾਏ ਉੱਥੇ ਫਿਰ ਟਿਕਾਵਾਂਗੇ। ਅਤੇ ਜਿਹੜਾ ਉੱਪਰ ਦੇਖੋ, ਹੈ ਨਾ, ਉੱਪਰੋਂ ਫਿਰ ਆਹ ਵੇਖੋ ਇੱਦਾਂ ਆਪਾਂ ਪਿੰਚ ਕਰਨਾ, ਇਹਦੇ ਨਾਲ ਸਾਡੀ ਸ਼ੇਪ ਠੀਕ ਰਹੇਗੀ, ਠੀਕ ਆ। ਅਤੇ ਇੱਧਰ ਆਪਾਂ ਪੂਣੀ ਫਿਰ ਖੋਲ੍ਹ ਲੈਣੀ ਆ ਅਤੇ ਇੱਕ ਇੱਕ ਵੱਟ ਨੂੰ ਆਪਾਂ ਠੀਕ ਕਰਨਾ, ਠੀਕ ਹੈ। ਹੁਣ ਆਪਾਂ ਵੇਖੋ ਜੀ ਆਹ ਵੱਟ ਸੈੱਟ ਕਰ ਲਿਆ, ਅਤੇ ਹੁਣ ਅਸੀਂ ਤੁਸੀਂ ਬਾਤ ਦੀ ਵਰਤੋਂ ਜ਼ਰੂਰ ਕਰੋ ਅਤੇ ਵੱਟਾਂ ਨੂੰ ਠੀਕ ਜ਼ਰੂਰ ਕਰਿਓ, ਠੀਕ ਆ। ਹਾਂਜੀ, ਹੁਣ ਅਸੀਂ ਲਗਾਉਣ ਚੱਲੇ ਹਾਂ ਜੀ 5ਵਾਂ ਲੜ,
ਠੀਕ ਆ। ਇਹ ਬਸ ਸਾਵਲਾ ਲੜ ਆਪਾਂ ਵੱਟਾਂ 'ਚ ਲਗਾਵਾਂਗੇ ਅਤੇ ਅਗਲਾ ਲੜ ਆਪਾਂ ਸਾਫ਼ ਲਗਾਵਾਂਗੇ, ਠੀਕ ਆ। ਅਤੇ ਵਧੀਆ ਸ਼ੇਪ ਵੀ ਆਪਾਂ ਫਿਰ ਬੰਦ ਪਾਸਾ ਉੱਪਰ ਰੱਖਾਂਗੇ ਅਤੇ ਖੁੱਲ੍ਹਾ ਪਾਸਾ ਥੱਲੇ ਅਤੇ ਪਿੱਛੋਂ ਪਿੰਚ ਫਿਰ ਕਰਨਾ, ਠੀਕ ਆ। ਉੱਪਰੋਂ ਫਿਰ ਆਪਾਂ ਵੇਖੋ ਜੀ ਸਫਾਈ ਕਰ ਲਈ ਹੈ, ਥੋੜ੍ਹੀ ਜਿਹੀ ਸਪੇਸ ਆਪਾਂ ਫਿਰ ਦੇਵਾਂਗੇ, ਠੀਕ ਆ। ਹੁਣ ਫਿਰ ਅਸੀਂ ਇਹਦੇ ਜਿਵੇਂ ਇੱਕ ਇੱਕ ਲੜ ਦੇ ਵੱਟ ਬਣਾਵਾਂਗੇ ਅਤੇ ਇੱਦਾਂ ਆਪਾਂ ਇਕੱਠੇ ਕਰਾਂਗੇ, ਅੰਗੂਠੇ ਦੇ ਨਾਲ ਆਪਾਂ ਇਕੱਠੇ ਕਰਾਂਗੇ, ਠੀਕ ਆ। ਅਤੇ ਫਿਰ ਇੱਕੋ ਥਾਂ 'ਤੇ ਫੜ ਕੇ ਅਤੇ ਇੱਕੋ ਥਾਂ 'ਤੇ ਟਿਕਾ ਦੇਣੇ ਆ, ਉੱਪਰੋਂ ਪਿੰਚ ਫੇਰ ਕਰਾਂਗੇ, ਠੀਕ ਆ। ਅਤੇ ਸਾਈਡ ਦਾ ਆਪਾਂ ਫਿਰ ਆਪਣੇ ਜਿਹੜੇ ਵੱਟ ਆ ਉਹਨਾਂ ਨੂੰ ਖਿਲਾਰ ਕੇ ਅਤੇ ਇੱਕ ਇੱਕ ਵੱਟ ਨੂੰ ਸੈੱਟ ਕਰਾਂਗੇ। ਦੇਖੋ ਜੇ ਤੁਸੀਂ ਬਿਗਨਰ ਹੋ ਅਤੇ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਉਦੋਂ ਦੇ ਤੁਹਾਡੀ ਸ਼ੇਪ ਹੋਰ ਵਧੀਆ ਆਏਗੀ। ਹਾਂਜੀ, ਤਾਂ ਹੁਣ ਅਸੀਂ ਲਗਾਵਾਂਗੇ ਜੀ ਛੇਵਾਂ ਲੜ, ਠੀਕ ਆ। ਜਿਵੇਂ ਆਪਾਂ ਪਹਿਲਾਂ ਲੜ ਸਾਫ਼ ਕੀਤੇ ਸੀ ਉਵੇਂ ਹੀ ਕਰਾਂਗੇ, ਅਤੇ ਠੀਕ ਆ। ਸਫਾਈ ਕਰਕੇ ਹੁਣ ਅਸੀਂ ਕਰਾਂਗੇ ਪਿੰਚ, ਦੇਖੋ ਐਵੇਂ ਆਪਾਂ ਪਿੰਚ ਕਰਾਂਗੇ ਅਤੇ ਉੱਪਰੋਂ ਵੀ ਪਿੰਚ ਕਰਾਂਗੇ ਕਿਉਂਕਿ ਇਹ ਸਾਡਾ ਲਾਸਟ ਲੜ ਆ ਅਤੇ ਇਹਦੇ ਨਾਲ ਸਾਡੀ ਸਾਰੀ ਸ਼ੇਪ ਬਣੇਗੀ, ਠੀਕ ਆ। ਜੇ ਤੁਹਾਨੂੰ ਥੋੜ੍ਹੀ ਜਿਹੀ ਸ਼ੇਪ ਤਿੱਖੀ ਪਸੰਦ ਆ ਤਾਂ ਤੁਸੀਂ ਪਿੰਚ ਥੋੜ੍ਹਾ ਜਿਹਾ ਥੱਲੇ ਕਰਿਓ, ਠੀਕ ਆ, ਅਤੇ ਲੜ ਥੋੜ੍ਹਾ ਜਿਹਾ ਉੱਪਰ ਨੂੰ ਲੈ ਕੇ ਜਾਇਓ, ਠੀਕ ਆ। ਹੁਣ ਆਪਾਂ ਪਿੰਚ ਕਰਕੇ ਅਤੇ ਵੇਖੋ ਜੀ ਇੱਦਾਂ ਸ਼ੇਪ ਕਰ ਲਈਏ, ਅਤੇ ਬਸ ਐਵੇਂ ਆਪਾਂ ਲੜ ਆਪਣਾ ਪਿੱਛੇ ਲੈ ਜਾਵਾਂਗੇ। ਹਾਂਜੀ, ਜੇ ਤੁਹਾਨੂੰ ਕਿਸੇ ਨੂੰ ਵੀ ਪੱਗ ਬੰਨਣ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਬੇਫਿਕਰ ਹੋ ਕੇ ਕਮੈਂਟ ਕਰੋ, ਮੈਂ ਪੂਰੀ ਜਲਦੀ ਤੋਂ ਜਲਦੀ ਵੀਡੀਓ ਪਾਵਾਂਗਾ ਕਿ ਤੁਹਾਡੀ ਪ੍ਰੋਬਲਮ ਉਹਲੀ ਸੋਲਵ ਕਰ ਪਾਵਾਂ। ਹਾਂਜੀ, ਹੁਣ ਅਸੀਂ ਲਗਾਵਾਂਗੇ ਜੀ ਸੱਤਵਾਂ ਲੜ, ਮਤਲਬ ਲਾਸਟ ਲੜ। ਹੁਣ ਦੇਖੋ ਜੇ ਤਾਂ ਤੁਹਾਡਾ ਲੜ ਠੀਕ ਆਇਆ ਹੈ ਨਾ ਤਾਂ ਤੁਸੀਂ ਮੋਰਨਿੰਗ ਲੜ ਜ਼ਰੂਰ ਲਾ ਸਕਦੇ ਹੋ। ਹੁਣ ਜਿਵੇਂ ਮੇਰਾ ਲੜ ਥੋੜ੍ਹਾ ਜਿਹਾ ਵੱਡਾ ਆਇਆ ਹੈ ਨਾ, ਅਤੇ ਮੈਂ ਤੁਹਾਨੂੰ ਦੱਸੂੰਗਾ ਕਿ ਸਿੱਧਾ ਲੜ ਕਿਵੇਂ ਲਾਈਏ, ਅਤੇ ਤੁਹਾਨੂੰ ਸਿੱਧਾ ਲੜ ਸਹੀ ਤਰ੍ਹਾਂ ਲਾਉਣ ਦੇ ਦੱਸੂੰਗਾ। ਸਭ ਤੋਂ ਪਹਿਲਾਂ ਅਸੀਂ ਇਹਨੂੰ ਲਗਾ ਕੇ ਅਤੇ ਸਾਫ਼ ਕਰ ਲਾਂਗੇ, ਠੀਕ ਆ। ਸਾਫ਼ ਕਰਕੇ ਹੁਣ ਅਸੀਂ ਇੱਦਾਂ ਲਗਾਵਾਂਗੇ ਅਤੇ ਇਹਨਾਂ ਮੁਤਾਬਕ ਉਹ ਆ ਜਿਵੇਂ ਮੈਂ ਕਰ ਰਿਹਾ ਨਾ, ਇਹਨੂੰ ਥੋੜ੍ਹਾ ਹਲਕਾ ਮੋੜਨਾ ਅਤੇ ਇਹਨੂੰ ਆਪਾਂ ਉੱਪਰ ਲੈ ਜਾਵਾਂਗੇ, ਠੀਕ ਆ। ਹੁਣ ਅਸੀਂ ਇਹਨੂੰ ਬਹੁਤ ਹੀ ਆਰਾਮ ਨਾਲ ਕਰਾਂਗੇ ਅਤੇ ਅੰਦਰ ਪੱਗ ਦੇ ਵਿੱਚ ਕਰਾਂਗੇ ਕਿ ਕੋਈ ਵੀ ਡੂੰਗ ਨਾ ਪਵੇ, ਹੈ ਨਾ, ਕਿਉਂਕਿ ਸਿੱਧੇ ਲੜ ਅੰਦਰ ਡੂੰਗ ਪੈਂਦੇ ਬਹੁਤ ਚਾਂਸ ਹੁੰਦੇ ਆ। ਅਤੇ ਬਸ ਇੱਦਾਂ ਹੀ ਆਪਾਂ ਕਰ ਲਾਂਗੇ ਅਤੇ ਤੁਸੀਂ ਆਪਣੀ ਪਿੰਨ ਲਗਾ ਸਕਦੇ ਹੋ। ਹਾਂਜੀ, ਅਤੇ ਹੁਣ ਜਿਹੜੀ ਮੈਂ ਨੈਕਸਟ ਵੀਡੀਓ ਪਾਊਂਗਾ ਉਹਦੇ ਅੰਦਰ ਦੱਸੂੰਗਾ ਕਿ ਲਾਸਟ ਲੜ ਤੁਸੀਂ ਵੱਖਰੇ ਵੱਖਰੇ ਤਰੀਕਿਆਂ ਨਾਲ ਕਿਵੇਂ ਲਗਾ ਸਕਦੇ ਹੋ। ਹਾਂਜੀ, ਅਤੇ ਹੁਣ ਅਸੀਂ ਜੀ ਸਿਰ ਢੱਕਾਂਗੇ। ਇਹਦੇ ਅੰਦਰ ਵੀ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਉੱਪਰੋਂ ਥੋੜ੍ਹਾ ਜਿਹਾ ਨਾ ਬੇਸ ਦਿਖਦਾ, ਆਪਾਂ ਵੇਖੋ ਜੀ ਇੱਦਾਂ ਪੱਗ ਨੂੰ ਜਿਹੜਾ ਪਹਿਲਾਂ ਲੜ ਸੀ ਲਗਾਇਆ ਸੀ ਨਾ, ਸਭ ਤੋਂ ਉਹਨੂੰ ਖਿੱਚਾਂਗੇ ਅਤੇ ਪੂਣੀ ਨੂੰ ਖੋਲ੍ਹਣਾ ਨਹੀਂ ਹੈ, ਪੂਣੀ ਨੂੰ ਉੱਦਾਂ ਹੀ ਕਰਾਂਗੇ, ਇੱਕ ਪਾਸੋਂ ਜਿਹੜਾ ਬੰਦ ਅਤੇ ਇੱਕ ਪਾਸੋਂ ਜਿਹੜਾ ਖੁੱਲ੍ਹਾ, ਅਤੇ ਉਹਨੂੰ ਆਪਾਂ ਖਿਲਾਰ ਕੇ ਵੇਖੋ ਇੱਦਾਂ ਆਰਾਮ ਨਾਲ ਅੰਦਰ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਅਗਲੇ ਪਾਸਿਓਂ ਅੰਦਰ ਕਰਾਂਗੇ, ਠੀਕ ਆ। ਅਤੇ ਬਾਅਦ 'ਚ ਆਪਾਂ ਜਿਹੜਾ ਲੁੱਪੀ ਲੜ ਆ ਉਹਨੂੰ ਖਿੱਚਾਂਗੇ ਅਤੇ ਟਾਈਟ ਕਰਾਂਗੇ ਜੇ ਨਾ ਸਾਡਾ ਬੇਸ ਨਾ ਫੁੱਲੇ। ਅਸੀਂ ਲਾਵਾਂਗੇ ਜੀ ਲੁੱਪੀ ਲੜ, ਅਤੇ ਇੱਦਾਂ ਜੀ ਆਪਾਂ ਹੁਣ ਜਿਵੇਂ ਦੋਵੇਂ ਪਾਸੇ ਖੋਲ੍ਹ ਕੇ ਅਤੇ ਅੰਦਰ ਨੂੰ ਫੋਲਡ ਕਰਾਂਗੇ ਅਤੇ ਖਿੱਚ ਕੇ ਥੋੜ੍ਹਾ ਚੌੜਾ ਕਰਕੇ ਅਤੇ ਫਿਰ ਅਸੀਂ ਪੱਗ ਦੇ ਵਿੱਚ ਲਗਾ ਦਾਂਗੇ ਇੱਦਾਂ। ਅਤੇ ਲਓ ਜੀ ਫਾਈਨਲੀ ਸਾਡੀ ਵੱਟਾਂ ਵਾਲੀ ਪੱਗ ਬੱਜ ਕੇ ਰੈਡੀ ਹੋ ਗਈ ਹੈ। ਦੇਖੋ ਘੱਟ ਤੋਂ ਘੱਟ ਸਿਰਫ 10 ਮਿੰਟ ਲੱਗੇ ਨੇ। ਲਓ ਜੀ ਵੱਟਾਂ ਵਾਲੀ ਪੱਗ ਦਾ ਤਾਂ ਫੁੱਲ ਟਟੋਰੀਅਲ ਆ ਗਿਆ। ਜੇ ਤੁਹਾਨੂੰ ਹੋਰ ਕੋਈ ਪੱਗ ਚਾਹੀਦੀ ਹੈ ਜਿਵੇਂ ਮੁਕਤਸਰ ਸ਼ਾਹੀ, ਅੰਮ੍ਰਿਤਸਰ ਸ਼ਾਹੀ ਦੀ, ਠੀਕ ਆ, ਅਤੇ ਮੈਨੂੰ ਕਮੈਂਟ ਜ਼ਰੂਰ ਕਰਿਓ, ਮੈਂ ਜਲਦੀ ਤੋਂ ਜਲਦੀ ਉਹਦਾ ਫੁੱਲ ਟਟੋਰੀਅਲ ਪਾਵਾਂਗਾ, ਠੀਕ ਆ ਜੀ। ਅਤੇ ਲਓ ਜੀ ਇੱਥੇ ਅਸੀਂ ਕਰਦੇ ਹਾਂ ਜੀ ਵੀਡੀਓ ਦੀ ਐਂਡਿੰਗ, ਮਿਲਾਂਗੇ ਹੋਰ ਕੋਈ ਵੀਡੀਓ ਨਾਲ, ਠੀਕ ਆ, ਅਤੇ ਬਾਏ।